ਡੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਸਰਕਾਰੀ ਨੌਕਰੀ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਇੱਕ ਖਬਰ ਤੁਹਾਡੇ ਵਾਸਤੇ ਹੈ ਤਾਂ ਜੇਕਰ ਤੁਸੀਂ 10ਵੀਂ ਪਾਸ ਹੋ ਤੇ ਤੁਸੀਂ ਸਰਕਾਰੀ ਨੌਕਰੀ ਲੱਭ ਰਹੇ ਸੀ ਤਾਂ ਇਹ ਸੁਨਹਿਰਾ ਅਫਸਰ ਤੁਹਾਡੇ ਕੋਲ ਹੈ ਦੱਸਦੀ ਕਿ ਦਸੰਬਰ ਦਾ ਮਹੀਨਾ ਇਸ ਸਾਲ ਦਾ ਆਖਰੀ ਮਹੀਨਾ ਹੈ ਪਰ ਜੇਕਰ ਤੁਸੀਂ ਸਰਕਾਰੀ ਨੌਕਰੀ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਮਹੀਨੇ ਦੇ ਅੰਦਰ ਅਪਲਾਈ ਕਰ ਦਿਓ ਤੇ ਕਿਹੜੀ ਕਿਹੜੇ ਵਿਭਾਗ ਦੇ ਵਿੱਚ ਨੌکریاں ਨਿਕਲੀਆਂ ਨੇ ਤੇ ਕੀ ਕੀ ਜਿਹੜਾ ਤੁਹਾਨੂੰ ਇਸ ਨੌਕਰੀ ਦੇ ਲਈ ਕਰਨਾ ਪਵੇਗਾ ਉਹ ਵੀ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਤਾਂ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਦੇ ਲਈ ਪੰਜ ਤਰੀਕੇ ਦੀ ਵੱਖ-ਵੱਖ ਨੌکریاں ਨਿਕਲੀਆਂ ਨੇ SBI ਬੈਂਕ ਦੇ ਵਿੱਚ ਰੇਲਵੇ ਦੇ ਵਿੱਚ ਤੇ ਇਸ ਤੋਂ ਇਲਾਵਾ ਕੇਂਦਰ ਵਿਦਿਆਲੇ ਦੇ ਵਿੱਚ ਵੀ 13000 ਤੋਂ ਵੱਧ ਅਸਾਮੀਆਂ ਦੀ ਭਰਤੀ ਸ਼ੁਰੂ ਹੋ ਗਈ ਹੈ ਤਾਂ ਇਸ ਦੀ ਇਸ ਦੇ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਬਾਬਤ ਵੀ ਪੂਰੀ ਜਾਣਕਾਰੀ ਦਵਾਂਗੇ ਤਾਂ SBI ਦੇ ਵਿੱਚ ਨੌਕਰੀ ਦਾ ਸੁਨਹਿਰਾ ਮੌਕਾ ਹੈ ਜੇਕਰ ਤੁਸੀਂ ਮੈਨੇਜਰ ਬੰਨਣਾ ਚਾਹੁੰਦੇ ਹੋ ਤਾਂ ਅਪਲਾਈ ਕਰਨ ਦੇ ਲਈ ਤੁਹਾਨੂੰ ਫਾਰਮ ਭਰਨਾ ਹੋਵੇਗਾ ਜੇਕਰ ਤੁਸੀਂ ਜਰਨਲ ਤੇ OBC ਕੈਟਾਗਰੀ ਤੋਂ ਸੰਬੰਧ ਰੱਖਦੇ ਹੋ ਤਾਂ 750 ਰੁਪਏ ਇਸ ਦੀ ਫੀਸ ਹੈ ਜੇਕਰ SC ਤੇ ST ਕੈਟਾਗਰੀ 'ਚ ਤੁਸੀਂ ਸੰਬੰਧ ਰੱਖਦੇ ਹੋ ਤਾਂ ਤੁਸੀਂ ਮੁਫਤ ਇਸ ਪ੍ਰੀਖਿਆ ਦੇ ਲਈ ਆਨਲਾਈਨ ਫਾਰਮ ਭਰ ਸਕਦੇ ਹੋ ਤਾਂ ਇਸਦੇ ਲਈ ਯੋਗਤਾ ਗ੍ਰੈਜੂਏਟ ਚਾਹੀਦੀ ਹੈ ਉਮਰ 25 ਤੋਂ 28 ਸਾਲ ਦੇ ਵਿੱਚਕਾਰ ਚਾਹੀਦੀ ਹੈ ਫਾਰਮ ਭਰਨ ਦੀ ਜੋ ਆਖਰੀ ਤਰੀਕ ਹੈ ਉਹ 12 ਦਸੰਬਰ 2022 ਹੈ ਤੇ ਇਸ ਦੇ ਵਿੱਚ ਜੋ ਚੋਣ ਪ੍ਰਕਿਰਿਆ ਕੀਤੀ ਜਾਏਗੀ ਉਹ 100 ਨੰਬਰ ਦੇ ਇੰਟਰਵਿਊ ਤੋਂ ਕੀਤੀ ਜਾਏਗੀ ਤੇ ਤਨਖਾਹ 60000 ਤੋਂ ਵੱਧ ਹੋਵੇਗੀ ਤੇ SBI ਦੇ ਮੈਨੇਜਰ ਦੇ ਲਈ ਜਿਹੜਾ ਪੋਸਟ ਜਿਹੜੀਆਂ ਨਿਕਲੀਆਂ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੇਂਦਰੀ ਵਿਦਿਆਲੇ ਦੇ ਵਿੱਚ ਅਧਿਆਪਕ ਦੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਦੱਸ ਦਈਏ ਕਿ ਕੁੱਲ ਪੋਸਟਾਂ 13000 404 ਪੋਸਟਾਂ ਨਿਕਲੀਆਂ ਨੇ ਇਸ ਦੀ ਯੋਗਤਾ 12ਵੀਂ ਪਾਸ ਤੋਂ ਲੈ ਕੇ ਪੋਸਟ ਗ੍ਰੈਜੂਏਟ ਤੱਕ ਹੈ ਫਾਰਮ ਜੇਕਰ ਤੁਸੀਂ ਭਰਨਾ ਚਾਹੁੰਦੇ ਹੋ ਜਨਰਲ ਤੇ OBC ਕੈਟਾਗਰੀ ਨਾਲ ਸੰਬੰਧ ਰੱਖਦੇ ਹੋ 1000 ਰੁਪਏ ਤੁਹਾਨੂੰ ਫਾਰਮ ਫੀਸ ਦੇਣੀ ਪੈਗੀ ਜੇਕਰ SC ST PH ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਨੂੰ ਇਹ ਫਾਰਮ ਮੁਫਤ ਪੰਨਾ ਪਏਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ online www.kv sangatnan.nic.in ਤੇ ਤੁਸੀਂ ਜਾ ਕੇ ਇਹ ਫਾਰਮ ਭਰ ਸਕਦੇ ਹੋ ਤੇ ਫਾਰਮ ਭਰਨ ਦੀ ਆਖਰੀ ਤਾਰੀਖ 26 ਦਸੰਬਰ 2022 ਹੈ ਤੇ ਇਸ ਦੀ ਚੋਣ ਪ੍ਰਕਿਰਿਆ ਕੰਪਿਊਟਰ ਅਧਾਰਿਤ ਟੈਸਟ ਹੁਨਰ ਟੈਸਟ ਤੇ ਇੰਟਰਵਿਊ ਦੇ ਰਾਹੀਂ ਹੋਏਗੀ ਤੇ ਇਸ ਦੀ ਤਨਖਾਹ 45000 ਤੋਂ 1 ਲੱਖ ਰੁਪਏ ਤੱਕ ਹੋ ਸਕਦੀ ਹੈ ਜੇਕਰ ਤੁਸੀਂ 10ਵੀਂ ਪਾਸ ਹੋ ਤੇ ਨੌਕਰੀ ਰੇਲਵੇ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਸੁਨਹਿਰਾ ਅਫਸਰ ਹੈ ਕੁਲਪੋਸਟਾ 11 ਨੇ ਫਾਰਮ ਭਰਨ ਦੇ ਲਈ ਤੁਸੀਂ www.rr CHBLI.in ਤੇ ਜਾ ਸਕਦੇ ਹੋ ਇਸ ਲਈ ਉਮਰ ਸੀਮਾ 18 ਤੋਂ 30 ਸਾਲ ਦੇ ਵਿਚਕਾਰ ਹੈ ਫਾਰਮ ਭਰਨ ਦੀ ਆਖਰੀ ਤਰੀਕ 19 ਦਸੰਬਰ 2022 ਹੈ ਤੇ ਜੇਕਰ ਤੁਸੀਂ ਆਨਲਾਈਨ ਫਾਰਮ ਭਰਦੇ ਹੋ ਤੇ ਜਰਨਲ ਤੇ OBC ਕੈਟਾਗਰੀ ਨਾਲ ਸੰਬੰਧ ਰੱਖਦੇ ਹੋ 500 ਰੁਪਏ ਦੀ ਫੀਸ ਹੈ ਤੁਸੀਂ 10ਵੀਂ ਪਾਸ ਤੇ 12ਵੀਂ ਪਾਸ ਤੋਂ ITI ਚੋਣ ਪ੍ਰਕਿਰਿਆ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਪ੍ਰੀਖਿਆ ਲੈ ਕੇ ਰੇਲਵੇ ਦੀ ਨੌਕਰੀ ਦੇ ਲਈ ਲਿੱਤਾ ਜਾਵੇਗਾ ਜੇਕਰ ਤੁਸੀਂ UP ट्रिपल एससी ਜੂਨੀਅਰ ਅਸਿਸਟੈਂਟ ਦੇ ਲਈ نوکری لابریو تو ਤੁਸੀਂ ਦੱਸ ਦਈਏ ਕਿ 19 ਦਸੰਬਰ ਤੱਕ ਤੁਸੀਂ ਇਸ ਦੀ ਅਰਜ਼ੀ ਦੇ ਸਕਦੇ ਹੋ 60 ਤੋਂ ਵੱਧ ਪੋਸਟਾਂ ਨੇ ਫਾਰਮ ਫੀਸ 25 ਰੁਪਏ ਹੈ ਔਰ ਇਹ ਫੀਸ ਸਬ ਕੈਟੇਗਰੀਜ਼ ਦੇ ਲਈ ਜਾਰੀ ਕੀਤੀ ਗਈ ਨੇ ਜੇਕਰ ਯੋਗਤਾ ਦੀ ਗੱਲ ਕਰੀਏ 12ਵੀਂ ਪਾਸ ਬੇहद لازمی ਹੈ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਫਾਰਮ ਭਰਨ ਦੀ ਆਖਰੀ ਤਾਰੀਖ 8 ਜਨਵਰੀ 2023 ਹੈ ਇਸ ਦੇ ਲਈ ਉਮਰ ਸੀਮਾ 21 ਤੋਂ 40 ਸਾਲ ਦੇ ਵਿਚਕਾਰ ਹੈ ਫਾਰਮ ਭਰਨ ਦੇ ਲਈ ਤੁਹਾਨੂੰ up.ssc.gov.in ਤੇ ਜਾਣਾ ਹੋਵੇਗਾ ਇਸ ਦੀ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਨਾਲ ਹੀ ਕੀਤੀ ਜਾਵੇਗੀ ਤਾਂ ਇਹ ਕੁਝ ਨੌਕਰੀਆਂ ਨੇ ਜੋ ਸਰਕਾਰ ਦੇ ਵੱਲੋਂ ਕੱਢੀਆਂ ਗਈਆਂ ਨੇ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਡਿਟੇਲ ਅਸੀਂ ਤੁਹਾਨੂੰ ਜਾਰੀ ਕਰਦੇ ਹਾਂ